ਸੁਣ ਪਿਆਰ ਭਾਈ, ਸਤਿ ਸ਼੍ਰੀ ਅਕਾਲ ਦੋਸਤੋ। ਇਸ ਵੀਡੀਓ ਗੱਲ ਕਰਨ ਜਾ ਰਹੇ ਹਾਂ ਆਪਾਂ ਸੰਨੀ ਮਾਰਟੋ ਦੇ ਨਾਲ। ਦੋਸਤੋ ਗੱਲ ਹੈਗੀ ਕਰਨ ਔਜਲੇ, ਤੁਹਾਨੂੰ ਦੱਸ ਰਹੇ ਦੋਸਤੋ, ਸੰਨੀ ਮਾਰਟੋ ਜੋ ਸਿੱਧੂ ਮੂਸੇਵਾਲਾ ਦਾ ਇੱਕ ਤਰ੍ਹਾਂ ਨਾਲ ਬ੍ਰਦਰ ਬਣਿਆ ਹੋਇਆ ਸੀ ਇੱਕ ਟਾਈਮ ਦੇ ਉੱਪਰ। ਸਿੱਧੂ ਮੂਸੇਵਾਲਾ ਨਾਲ ਸੰਨੀ ਮਾਰਟੋ ਦੀ ਕੰਟਰੋਵਰਸੀ ਹੋ ਗਈ ਸੀ, ਲੇਕਿਨ ਉਹ ਸਭ ਰਿਜ਼ੋਲਵ ਹੋਣ ਤੋਂ ਬਾਅਦ ਬਿਗ ਬਰਡ ਦੇ ਨਾਲ ਸੰਨੀ ਮਾਰਟੋ ਦੀ ਜਿਹੜੀ ਕੰਟਰੋਵਰਸੀ ਸੀ ਉਹ ਚੱਲਦੀ ਪਈ ਸੀ। ਲੇਕਿਨ ਸੰਨੀ ਮਾਰਟੋ ਨੇ ਆਪਣੀ ਰੀਸੈਂਟਲੀ ਪੋਸਟ ਜਿਹੜੀ ਹੈਗੀ ਹੈ ਉਹਦੇ ਵਿੱਚ ਬਿਗ ਬਰਡ ਨਾਲ ਵੀ ਕੰਟਰੋਵਰਸੀ ਖਤਮ ਕਰਤੀ ਹੈ। ਹੁਣ ਦੋਸਤੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰਨ ਔਜਲਾ ਦੇ ਨਾਲ ਵੀ ਸੰਨੀ ਮਾਰਟੋ ਨੇ ਪੈਚਅਪ ਕਰ ਸਕਦੇ ਨੇ, ਕੋਈ ਗਾਣਾ ਵਗੈਰਾ ਕਰ ਸਕਦੇ ਨੇ। ਤੁਹਾਨੂੰ ਪਤਾ ਹੈਗਾ ਦੋਸਤੋ, ਸਿੱਧੂ ਮੂਸੇਵਾਲੇ ਤੇ ਕਰਨ ਔਜਲਾ ਜਿਹੜੀ ਕੰਟਰੋਵਰਸੀ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਸਭ ਤੋਂ ਟੌਪ ਲੈਵਲ ਦੀ ਕੰਟਰੋਵਰਸੀ ਸੀ। ਦੋਵੇਂ ਇੱਕ ਦੂਜੇ ਨੂੰ ਗਾਣਿਆਂ ਵਿੱਚ ਜਵਾਬ ਦਿੰਦੇ ਸੀ ਤੇ ਜਿਹੜਾ ਸੰਨੀ ਮਾਰਟੋ ਹੈਗਾ ਸੀ ਸਿੱਧੂ ਮੂਸੇਵਾਲੇ ਨੂੰ ਸਪੋਰਟ ਕਰਦਾ ਸੀ। ਤੇ ਕਰਨ ਔਜਲਾ ਨੇ ਆਪਣੇ ਰੀਸੈਂਟ ਇੰਟਰਵਿਊ ਵਿੱਚ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਨਾਲ ਉਹਦੇ ਜੋ ਇਸ਼ੂ ਹੈਗੇ ਸੀ ਉਹ ਕਲੀਅਰ ਹੋ ਚੁੱਕੇ ਸੀ, ਹੁਣ ਉਹਨਾਂ ਦੇ ਵਿੱਚ ਕੋਈ ਵੀ ਬੀਫ ਨਹੀਂ ਸੀ। ਹੁਣ ਦੋਸਤੋ ਕਿਹਾ ਜਾ ਰਿਹਾ ਕਿ ਸੰਨੀ ਮਾਰਟੋ ਜੋ ਹੈਗਾ ਉਹ ਵੀ ਕਰਨ ਔਜਲਾ ਦੇ ਨਾਲ ਪੈਚਅਪ ਕਰ ਸਕਦਾ ਹੈ ਤੇ ਕੁਝ ਗਾਣਿਆਂ ਦੇ ਵਿੱਚ ਆਪਾਂ ਨੂੰ ਕਲੈਬ ਕਰਦਾ ਹੋਇਆ ਨਜ਼ਰ ਵੀ ਆ ਸਕਦਾ। ਤੁਹਾਨੂੰ ਵੀ ਦੱਸ ਰਹੇ ਦੋਸਤੋ, ਕਰਨ ਔਜਲਾ ਨੇ ਜਿੰਨੇ ਵੀ ਆਰਟਿਸਟ ਹੈਗੇ ਨੇ ਜਿਨ੍ਹਾਂ ਉਹਨਾਂ ਦੀ ਕੰਟਰੋਵਰਸੀ ਹੈਗੀ ਸੀ ਉਹਨਾਂ ਦੇ ਨਾਲ ਆਪਣੀ ਸਾਰੀ ਕੰਟਰੋਵਰਸੀ ਆਲਰੇਡੀ ਖਤਮ ਕਰ ਦਿੱਤੀ ਹੋਈ ਆ। ਹੁਣ ਸਿਰਫ ਉਹ ਆਪਣੇ ਪ੍ਰੋਜੈਕਟਸ ਉੱਪਰ ਧਿਆਨ ਦੇ ਰਹੇ ਨੇ। ਬਾਕੀ ਦੋਸਤੋ ਇਹ ਟਾਈਮ ਹੀ ਦੱਸੇਗਾ ਕਿ ਸੰਨੀ ਮਾਰਟੋ ਤੇ ਕਰਨ ਔਜਲਾ ਆਪਸ ਵਿੱਚ ਕਲੈਬ ਕਰਦੇ ਕਿ ਨਹੀਂ। ਹੋਰ ਵੀਡੀਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਮਿਲਦੇ ਹੋਰ ਅਪਡੇਟਸ ਦੇ ਨਾਲ। ਧੰਨਵਾਦ।